ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ ਹੈ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਐਕਸ਼ਨ ਵਿੱਚ ਦਿਖਾਈ ਦੇ ਰਹੇ ਹਨ ਅਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਕੰਮ ਕਰ ਰਹੇ ਸੋ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਜਾਰੀ ਹੋਈ ਰਿਪੋਰਟ ਕਾਰਡ ਤੇ ਟਿੱਪਣੀ ਕਰਦਿਆਂ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਹ ਮੁਹੱਲਾ ਕਲੀਨਿਕ ਹੁਣ ਪੰਜਾਬੀਆਂ 'ਚ ਇਲਾਜ ਅਤੇ ਟੈਸਟ ਕਰਵਾਉਣ ਲਈ ਪਹਿਲੀ ਪਸੰਦ ਬਣ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮੁਹੱਲਾ ਕਲੀਨਿਕਾਂ ਦੇ ਬਣੇ ਰਿਪੋਰਟ ਕਾਰਡ ਤੇ ਟਵੀਟ ਕਰਦਿਆਂ ਕਿਹਾ ਕਿ ਸਾਡਾ ਉਦੇਸ਼ ਇਹ ਹੈ ਕਿ ਕੋਈ ਵੀ ਪੰਜਾਬੀ ਇਲਾਜ ਤੋਂ ਵਾਂਝਾ ਨਾ ਰਹਿ ਸਕੇ, ਇਸ ਲਈ ਸੂਬੇ 'ਚ ਮੁਹੱਲਾ ਕਲੀਨਿਕ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਸੀ। ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਇੱਕ ਸਿਹਤਮੰਦ ਸੂਬਾ ਬਣਾਉਣਾ ਚਾਹੁੰਦੇ ਹਾਂ ਜਿੱਥੇ ਲੋਕਾਂ ਨੂੰ ਮੁਫ਼ਤ ਵਿੱਚ ਵਧੀਆ ਸਰਕਾਰੀ ਸਿਹਤ ਸਹੂਲਤਾਂ ਮਿਲ ਸਕਣ। ਵਰਣਨਯੋਗ ਹੈ ਕਿ ਮੁੱਖ ਮੰਤਰੀ ਨੇ 15 ਅਗਸਤ ਨੂੰ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਸੀ, ਉਸ ਤੋਂ ਬਾਅਦ ਸਰਕਾਰ ਨੇ ਇਹਨਾਂ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਇੱਕ ਰਿਪੋਰਟ ਤਿਆਰ ਕਰਵਾਈ ਜਿਸ ਵਿੱਚ ਕਿਹਾ ਗਿਆ ਹੈ ਕਿ ਮੁਹੱਲਾ ਕਲੀਨਿਕਾਂ 'ਚ ਲੋਕ ਤੇਜ਼ੀ ਨਾਲ ਆਪਣਾ ਇਲਾਜ ਕਰਵਾਉਣ ਲਈ ਆ ਰਹੇ ਹਨ। ਪੰਜਾਬ 'ਚ ਸੜਕ ਹਾਦਸਿਆਂ ਵਿੱਚ ਜਾਨਾਂ ਬਚਾਉਣ ਨੂੰ ਪ੍ਰਮੁੱਖ ਤਰਜੀਹ ਦਿੰਦਿਆਂ ਪੰਜਾਬ ਸਰਕਾਰ ਨੇ ਸੜਕ ਸੁਰੱਖਿਆ ਦੇ ਕੰਮਾਂ ਵਿੱਚ ਸਹਾਇਤਾ ਲਈ ਮਾਹਿਰ ਸੰਸਥਾਵਾਂ, ਯੂਨੀਵਰਸਿਟੀਆਂ, ਕਾਲਜਾਂ, ਗੈਰ ਸਰਕਾਰੀ ਸੰਗਠਨਾਂ ਅਤੇ ਰਜਿਸਟਰਡ ਸੁਸਾਇਟੀਆਂ ਨੂੰ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਹੈ। ਸੜਕ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਨ ਦੇ ਕੰਮਾਂ ਵਿੱਚ ਢੁਕਵਾਂ ਤਜਰਬਾ ਰੱਖਣ ਵਾਲੀਆਂ ਸੰਸਥਾਵਾਂ ਜਾਂ ਮਾਹਿਰ ਸੰਸਥਾਵਾਂ ਨੂੰ 3 ਅਕਤੂਬਰ ਤੱਕ ਅਪਲਾਈ ਕਰਨ ਲਈ ਕਿਹਾ ਗਿਆ ਹੈ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਹ ਸੰਸਥਾਵਾਂ ਕਿਸੇ ਵੀ ਰਾਜ ਸਰਕਾਰ ਜਾਂ ਕੇਂਦਰ ਸਰਕਾਰ ਨਾਲ ਰਜਿਸਟਰਡ ਹੋਣਗੀਆਂ ਅਤੇ ਸੜਕ ਸੁਰੱਖਿਆ ਦੇ ਕੰਮਾਂ ਜਿਵੇਂ ਕਿ ਸੜਕ ਸੁਰੱਖਿਆ ਆਡਿਟ, ਕ੍ਰੈਸ਼ ਜਾਂਚ, ਐਂਬੂਲੈਂਸ ਮੈਪਿੰਗ, ਦੁਰਘਟਨਾ ਵਾਲੇ ਬਲੈਕ ਸਪੋਟ ਦੀ ਪਛਾਣ, ਟੈਕ ਹੋਲਡਰਾਂ ਦੀ ਸਿਖਲਾਈ ਅਤੇ ਰਾਜ ਵਿੱਚ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ ਸ਼ੁਰੂ ਕਰਾਉਣ ਵਿੱਚ ਸਹਾਇਤਾ ਕਰੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਅਜਿਹੀਆਂ ਸੰਸਥਾਵਾਂ ਨੂੰ ਜਲਦੀ ਤੋਂ ਜਲਦੀ ਜੋੜਨ ਦਾ ਕੰਮ ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ ਨੂੰ ਸੌਂਪਿਆ ਗਿਆ ਹੈ, ਜੋ ਕਿ ਸੜਕ ਸੁਰੱਖਿਆ ਬਾਰੇ ਸੁਪਰੀਮ ਕੋਰਟ ਦੀ ਕਮੇਟੀ ਦੇ ਨਿਰਦੇਸ਼ਾਂ ਅਨੁਸਾਰ ਗਠਿਤ ਸੜਕ ਸੁਰੱਖਿਆ ਬਾਰੇ ਲੀਡ ਏਜੰਸੀ ਹੈ, ਜੋ ਪੰਜਾਬ ਵਿੱਚ ਵੱਖ ਵੱਖ ਟ੍ਰੈਫਿਕ ਪ੍ਰਬੰਧਨ ਅਤੇ ਸੜਕ ਸੁਰੱਖਿਆ ਉਪਾਵਾਂ ਨੂੰ ਲਾਗੂ ਕਰਨ ਦੀ ਨਿਗਰਾਨੀ ਕਰੇਗੀ। ਭ੍ਰਿਸ਼ਟਾਚਾਰ ਦੇ ਖਾਤਮੇ ਲਈ ਪੰਜਾਬ ਦੀ ਭਗਵੰਤ ਮਾਨ ਸਰਕਾਰ ਲਗਾਤਾਰ ਐਕਸ਼ਨ 'ਚ ਦਿਖਾਈ ਦੇ ਰਹੀ ਹੈ ਤੇ ਹੁਣ ਥਾਣਾ ਪਿੰਡੀ ਸੈਂਦਾ ਅਧੀਨ ਆਉਂਦੇ ਵੱਖ ਵੱਖ ਪਿੰਡਾਂ ਵਿੱਚ ਪਿਛਲੇ ਸਮੇਂ ਤੋਂ ਹੀ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਰੋਕਣ 'ਚ ਨਾਕਾਮ ਰਹੇ ਥਾਣਾ ਪਿੰਡੀ ਸੈਂਦਾ ਦੇ ਮੁੱਖ ਅਫਸਰ ਜਸਵਿੰਦਰ ਸਿੰਘ ਨੂੰ ਮੁਅੱਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਥਾਣਾ ਪਿੰਡੀ ਸੈਂਦਾ ਅਧੀਨ ਆਉਂਦੇ ਪਿੰਡ ਕੋਟ ਸਿੱਧੂ ਸਮੇਤ ਵੱਖ ਵੱਖ ਸਰਹੱਦੀ ਪਿੰਡਾਂ ਵਿੱਚ ਨਜਾਇਜ਼ ਮਾਈਨਿੰਗ ਚੱਲ ਰਹੀ ਸੀ। ਇਸ ਨੂੰ ਲੈ ਕੇ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦੇਹਾਤੀ ਦੇ SSP ਵਿਪਿਨ ਸ਼ਰਮਾ ਨੇ ਸਖ਼ਤ ਐਕਸ਼ਨ ਲੈਂਦਿਆਂ ਥਾਣਾ ਪਿੰਡੀ ਸੈਂਦਾ ਦੇ ਮੁੱਖ ਅਫਸਰ ਸਬ ਇੰਸਪੈਕਟਰ ਜਸਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਕੋਈ ਜਿਹੜਾ ਮਰਜ਼ੀ ਪਲੇਸ਼ਨ ਚਲਾ ਲੈ ਜੀ, BJP ਪੰਜਾਬ 'ਚ ਉਹਦੇ ਪੱਲੇ ਕੁਛ ਨਹੀਂ ਪੈਣ ਵਾਲਾ, ਉਹਦਾ ਗੁਲਾਬ ਦਾ ਫੁੱਲ ਪੰਜਾਬ 'ਚ ਨਹੀਂ ਖੇਡਦਾ, ਜੋ ਮਰਜ਼ੀ ਕਰ। ਜਿਹੜੇ ਸਾਡੇ ਦੇਸ਼ ਭਰ ਤੋਂ ਵਿੱਚ ਚੁਣੇ ਹੋਏ ਨੁਮਾਇੰਦੇ ਨੇ, ਉਹ ਅੱਜ ਉਰੇ ਪਹੁੰਚੇ ਸੀਗੇ। MLA ਸਾਹਿਬ ਪਹੁੰਚੇ ਸੀ, MC ਸਾਹਿਬ, ਪੰਚ, ਸਰਪੰਚ, ਨਗਰ ਨਿਕਾਓ ਕੇ ਜੋ ਅਧਿਆਕਸ਼ ਹੈ ਉਹ ਪਹੁੰਚੇ ਥੇ। ਔਰ ਇਹੀ ਹੈ ਕਿ ਆਮ ਆਦਮੀ ਪਾਰਟੀ ਦੀ ਜੋ ਗਤੀਵਿਧੀਆਂ ਨੇ, ਜੋ ਆਮ ਲੋਕਾਂ ਨੂੰ ਅਸੀਂ ਸਹੂਲਤਾਂ ਦੇ ਰਹੇ ਹਾਂ, ਉਹ ਅਸੀਂ ਪੰਜਾਬ ਔਰ ਦਿੱਲੀ ਤੋਂ ਬਾਹਰ ਨਿਕਲ ਕੇ ਹਰ ਇੱਕ ਸਟੇਟ ਦੇ ਵਿੱਚ ਪਹੁੰਚਾਈਏ ਔਰ ਲੋਕਾਂ ਨੂੰ ਆਮ ਆਦਮੀ ਪਾਰਟੀ ਨਾਲ ਜੋੜੀਏ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਕੱਲਾ ਪੰਜਾਬ ਔਰ ਦਿੱਲੀ ਹੀ ਨਹੀਂ, ਪੂਰੇ ਦੇਸ਼ ਭਰ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਔਰ ਲੋਕਾਂ ਨੂੰ ਜੋ ਸਹੂਲਤਾਂ ਦਿੱਲੀ ਔਰ ਪੰਜਾਬ 'ਚ ਮਿਲ ਰਹੀਆਂ ਉਹੀ ਸਾਰੇ ਦੇਸ਼ ਵਿੱਚ ਦਿੱਤੇ। ਕੀ ਉਹਨੇ ਕੀ ਕੀਤਾ ਜੀ, ਅਸੀਂ ਕੀ ਗਲਤੀ ਕੀਤੀ ਆ? ਅਸੀਂ 100 ਆਮ ਆਦਮੀ ਕਲੀਨਿਕ, ਅਸੀਂ 75 ਦੀ ਗੱਲਬਾਤ ਕੀਤੀ ਸੀ ਕਿ 15 ਅਗਸਤ 'ਤੇ ਅਸੀਂ 75 ਆਮ ਆਦਮੀ ਕਲੀਨਿਕ ਖੋਲਾਂਗੇ, ਪਰ ਸਾਡੇ ਮੁੱਖ ਮੰਤਰੀ ਸਾਹਿਬ ਨੇ 100 ਆਮ ਆਦਮੀ ਕਲੀਨਿਕ ਖੋਲ ਕੇ ਦਿੱਤਾ ਔਰ ਉੱਥੇ ਦਵਾਈ ਹੈ, ਉੱਥੇ ਡਾਕਟਰ ਹੈ, ਟੈਸਟ ਉੱਥੇ ਹੁੰਦੇ ਨੇ। ਹੋਰ ਇਹਨਾਂ ਨੇ ਕੀ ਕੀਤਾ? ਤਰੁਣ ਚੁੰਗੂ ਹੋਰਾਂ ਨੇ ਕੀ ਕੀਤਾ? ਉਹਨਾਂ ਨੇ ਕੁਛ ਕੀਤਾ? ਜੇ ਕੁਛ ਕੀਤਾ ਹੁੰਦਾ ਤਾਂ ਸ਼ਾਇਦ ਅਸੀਂ ਅੱਜ, ਮੈਂ ਸ਼ਾਇਦ MLA ਨਾ ਹੁੰਦਾ, ਮੈਂ ਹੈਲਥ ਮਿਨਿਸਟਰ ਨਾ ਹੁੰਦਾ। ਸੋ ਇਸ ਕਰਕੇ ਉਹਨਾਂ ਨੇ ਕੁਛ ਕੀਤਾ ਨਹੀਂ, ਤਾਂ ਕਰਕੇ ਸਾਨੂੰ ਜਿਹੜਾ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਜਿਹੜਾ ਮਿਲਿਆ। ਹਮਾਰਾ ਜੋ ਸੰਕਲਪ ਹੈ ਉਹ ਦੇਸ਼ ਹੈ, ਹਮ ਨਫ਼ਰਤ ਕੇ ਬੀਜ ਨਹੀਂ ਬੀਜਤੇ। ਪੰਜਾਬ ਕੀ ਧਰਤੀ ਹੈ, ਵਹਾਂ ਪੇ ਆਪ ਕੁਛ ਵੀ ਉਗਾ ਲਓ, ਗੰਨਾ ਉਗਾ ਲਓ, ਧਾਨ ਉਗਾ ਲਓ, ਗੇਹੂੰ ਉਗਾ ਲਓ, ਸਰਸੋਂ ਉਗਾ ਲਓ, ਬਾਜਰਾ ਉਗਾ ਲਓ, ਦਾਲੇ ਉਗਾ ਲਓ, ਸਬਜ਼ੀਆਂ ਉਗਾ ਲਓ, ਸੂਰਜਮੁਖੀ ਉਗਾ ਲਓ, ਪਾਪੂਲਰ ਕੇ ਪੇੜ ਉਗਾ ਲਓ, ਸਭ ਕੁਛ ਉਗ ਸਕਦਾ ਹੈ। ਪੰਜਾਬ ਕੀ ਧਰਤੀ ਇਤਨੀ ਜਰਖੇਜ਼ ਹੈ, ਸਿਰਫ ਨਫ਼ਰਤ ਕਾ ਬੀਜ ਪੰਜਾਬ ਕੀ ਧਰਤੀ ਮੇਂ ਨਹੀਂ ਉਗਤਾ। ਸੋ ਨਫ਼ਰਤ ਕੇ ਬੀਜ ਬੀਜਨੇ ਵਾਲੋਂ ਕੋ ਮੈਂ ਕਹਿਣਾ ਚਾਹਤਾ ਹੂੰ, ਗਲਤ ਜਗ੍ਹਾ ਘੂਮ ਰਹੇ ਹੋ, ਗਲਤ ਜਗ੍ਹਾ ਘੂਮ ਰਹੇ ਹੋ। ਦੇਸ਼ ਕੋ ਯਾਦ ਕਰਾਨੇ ਮੇਂ ਵੀ 90% ਕੁਰਬਾਨੀਆਂ ਔਰ ਆਜ ਆਜ਼ਾਦੀ ਕੋ ਕਾਇਮ ਰੱਖਣੇ ਮੇਂ ਵੀ ਸਭਸੇ ਜ਼ਿਆਦਾ ਆਗੇ ਪੰਜਾਬੀ ਖੜੇ ਹੈ ਬਾਰਡਰ ਉੱਪਰ ਆਪਣਾ ਸੀਨਾ ਤਾਨ ਕੇ। ਔਰ ਇਹ ਦੇਸ਼ ਕੋ ਨਫ਼ਰਤ ਕੀ ਆਂਧੀ ਕੇ ਸਾਥ ਇਨਕੋ ਲਗਤਾ ਕਿ ਇਸਕੇ ਪਕਸ਼ ਮੇਂ ਬੋਲ ਦੋ ਯੇ ਪਕਸ਼ ਹਮਾਰੇ ਹੋ ਜਾਏਗਾ, ਇਸਕੇ ਵਿਰੋਧ ਮੇਂ ਬੋਲ ਦੋ
ये पक्ष हमारे, दूसरा पक्ष हमारे हक में हो जाएगा। मैं उनको कहना चाहता हूं कि लंबे सफर को मीलों में मत बांटिए, कौम को कबीलों में मत बांटिए। एक बहता दरिया है मेरा भारत देश, इसको नदियों और झीलों में मत बांटिए। इस देश को हम एक बहता दरिया बनाना है, इसमें से नदियां झीले नहीं, टुकड़े नहीं, या किसी जाति के नाम पर या किसी धर्म के नाम पर नहीं। 130 करोड़ लोगों को इकट्ठे करना है और इकट्ठे करके मकसद उनका एक ही है, उनका भी कि हमारा देश नंबर वन बने। हमारे देश में सबसे अच्छे डॉक्टर्स हैं, जैसा कि अभी संकल्प जो है उसमें कहा गया, सबसे अच्छे वकील हैं, सबसे अच्छे इंजीनियर हमारे पास हैं, किसान सबसे मेहनती हमारे पास हैं, धरती हर किस्म का मौसम, कोयला, पहाड़, मरुस्थल सब कुछ है हमारे पास। सिर्फ नेताओं की नीयत नहीं है, नीयत साफ वाले नेता आ जाएं तो ये देश नंबर वन है, बस सिर्फ उसको डिक्लेयर करना है कि ये नंबर वन है, अब बनेगा। मैं जर्मनी में हूं, जर्मनी में बहुत सी कंपनियां ऐसी हैं जो कहती हैं भारत में आना है, लेकिन हमें कोई बुलाने नहीं आया। वो कहते हैं भारत एक बहुत बड़ी मार्केट है, फ्यूचर भारत में है हमारा, और पूरी दुनिया अपना फ्यूचर भारत में देख रही है, पर कहते जी हमें पता ही नहीं कहां जाना है, कैसे जाना है। तो इसका मतलब ये हो गया कि दुनिया भारत की तरफ देख रही है, सिर्फ हमारे देश की तरफ से उनको न्योता देना जो है वो बाकी है। और न्योता किस चीज का? अच्छी सरकार का, अच्छे सिस्टम का। साहब साढ़े पिछले साढ़े हफ्ते आए थे रतियाल दे विच, वो कहते थे रतियाल दे विच सिर्फ एको मैनिंग है जो चल रही, बाकी सारी कोई मैनिंग बंद है 1 अक्टूबर तक। इतने शरिया मैनिंग चल रही थी, ताजवाल तो भर के लैके आए थे, जो कटरा नैशनल हाईवे बनता सी उसके नाम का परमिट सी इन्हों को, पोपलिंग के नाल भर रहे थे, ये जगरात विभाग की जी जमीन उतों रास्ता लिया हुआ इन्होंने। फिर तुम क्या किया जाए? असं मौके पर गए जी, मौके पर जाके जगरात विभाग को फोन किया जी, DFO को किया जी, तो मौके पर अफसर पुजे जी, उन्होंने रास्ता बंद किया। फिर मैनिंग अफसर आए, मैनिंग अफसर परचा नहीं करते इन्होंने। अच्छा, हाँ कारण मैनिंग अफसर मिली भुगते ना, परमिट दिखाते ना, परचा करते ऐ कहते सिर्फ JBC ना भर सकते, पोपलिंग नहीं भर सकते। अच्छा जी, टिप्पण ना मैनशन किए ना मालिक के करते, कुछ भी नहीं करते, बड़े धक्के परचा किया, पत्रकारा की सहायता ना परचा हो, बड़ी मुश्किल परचा किया। परमिट, हाँ जी, उन्होंने परमिट दिखा नहीं रहे, सूँ पता से परमिट कटरे का जी, ये क्योंकि जी जमीन है ना, ये पहला भारत में SHO से जमीन है जी, उन्हें किसी बेनामी किसी बंद ना कराई भी। मैनिंग अफसर फोन भारत मसीह कर रहा, वकील फोन भारत मसीह कर रहा, पुलिस वाले फोन भारत मसीह कर रहा, जो जमीन दरदा से वह भारत मसीह लैके आ रहा, रजिस्ट्री भारत मसीह ने लिखाई से, पैसे भारत मसीह ने लाए जी, कोई बेनामी किसी बंद रजिस्ट्री कराई हुई जी, हाँ जी भारत मसीह SHO है, जमीन है जी, उन्हें लोगों का बहुत अत्याचार किया, साढ़े भी परचा इन्हें झूठा किया, भारत मसीह ने कांग्रेस के प्रधान के कहने, अज वो प्रधान से भी परचा हो गया जी, ये बेचारे टिप्पर पिछे ड्राइवर फड़ाते जी, टिप्पर पोपलिंग लेकिन नहीं, हाँ पोपलिंग नहीं है, पोपलिंग हजे आई नहीं, कांग्रेस का प्रधान से सोनू संदीप भाटिया जी, उन्हें साढ़े परचा करवाया 400 अपना 326 120 341 बहुत साढ़े धारा लवाती, मेरा भरा बड़ा दूर बैठे से, हूँ CC कैमरे में उन्होंने परचा करवाता जी भारत मसीह ने जी। तो तुम रंजिश में काम करवा रहे हो सारे? नहीं रंजिश ही साड़ी लाग रही जी, साढ़े की साढ़े कानून बनता जी, तो कानून नहीं बनता जी कोई, असं तो एप्लीकेशन भी देवे जी, जमीन है ये बिजनेस में भी इनकुआरी कलावे, ED भी देवे जी कागज पत्र। इस फतेहपुर पिंड है कालगढ़ थाने पैंता है, उत्थे गैर कानूनी माइनिंग हो रही थी, माइनिंग डिपार्टमेंट के बंदों को पता लग गया, उन्होंने सानू इनफॉर्म करता, असं अपनी पुलिस भेज के परचा दर्ज करा। किन्ने टिप्पर मौके फरे गए, किन्ने के बंदे फरे गए? इलीगल पोकलेन जी, पोकलेन है मतलब वह प्रोहिबिटेड है माइनिंग वास्ते, तो उन्हें चार जोड़े रेते के टिप्पर भरे हुए बरामद हुए, परचा दर्ज हो गया 77 नंबर FIR माइनिंग एक्ट का परचा दर्ज कर। किन्ने ड्राइवर फरे गए? 5 के 5 ड्राइवर फर के गिरफ्तार करके भेजते जुडिशियल रिमांड। मैं सभी से ये कहना चाहता हूँ, ये सबको जेल में डालेंगे, सतिंदर को डाल दिया, अमानतुल्ला को डाल दिया, मनीष सिसोदिया को डालने की तैयारी चल रही है, इसके बाद कैलोश गहलोत का नंबर है, उसके यहां भी रेड होने वाली है, कई MLA जेल जाएंगे। एक चीज बस ध्यान रखना, 3 से 4 महीने जेल जाने के लिए तैयारी कर लो, फिर ये आपका कुछ नहीं बिगाड़ सकते।
अपने अपने घर में बोल दो। कल पंजाब से मेरे पास 2-3 MLA आए थे, मैंने उनको यही बोला, मैंने कहा अगर 3 से 4 महीने जेल जाने को तैयार हो, और जेल उतनी बुरी भी नहीं है, मैं भी गया हूं, 15 दिन मैं जेल में रहा था, 3 से 4 महीने जेल जाने की तैयारी कर लो, अगर सबके अंदर ये हिम्मत आ जाए उसके बाद ये हमारा कुछ नहीं बिगाड़ सकते, ये कुछ नहीं बिगाड़ सकते हम लोग। इन्होंने अभी तक पूरे देश में 285 MLA खरीदे हैं, 285 MLA। कोई कहता है 50 करोड़ दिए, कोई कहता है 40 करोड़, कोई 25 करोड़, कम से कम 7 से 8 हजार करोड़ रुपए इन्होंने MLA खरीदने में खर्च कर दिए, 7 से 8 हजार करोड़। कहां से आया इतना पैसा? कहते हैं भ्रष्टाचार हम कर रहे हैं, अरे भ्रष्टाचार तो तुम कर रहे हो, तुम लूट रहे हो जनता को, सारी देश को लूट लिया, लूट लूट के MLA खरीदते हो, खुलेआम खरीद रहे हो, और फिर भी तुम्हारी हिम्मत हो जाती है लाल किले पे खड़े होके कहने की कि मैं भ्रष्टाचार से लड़ रहा हूं। पूरे देश में MLA खरीदते फिर रहे हो, करोड़ों रुपए में MLA खरीदते फिर रहे हो, और तुम्हारी हिम्मत हो गई कहने मैं भ्रष्टाचार से लड़ रहा हूं। मुझे लगता है सबसे ज्यादा 75 साल में सबसे ज्यादा भ्रष्टाचार इनकी सरकार ने किया है। आजकल ये मीडिया को भी खूब धमकियां दे रहे हैं। गुजरात में इन्होंने इतनी धमकी दी किसी भी आम आदमी पार्टी वाले को डिबेट में नहीं बुलाना। शाम को डिबेट होता है, डिबेट में चर्चा होती है कि मनीष सिसोदिया ने भ्रष्टाचार किया कि नहीं किया, और उसमें आम आदमी पार्टी वालों को नहीं बुलाते, कांग्रेस और बीजेपी वाले आपस में बैठ के चर्चा करते हैं। कैसे हो सकता? ऐसे धमकियां दे रखी हैं वहां पे, गुजरात में किसी अखबार में हमारा कुछ नहीं छपता, और फिर भी गुजरात के अंदर बल्ले बल्ले हो रही है, चारों तरफ आम आदमी पार्टी की चर्चा हो रही है सोशल मीडिया से। प्रधानमंत्री के दफ्तर में एक सज्जन काम करते हैं, मीडिया एडवाइजर हैं शायद, हीरेन जोशी जी हैं एक मीडिया एडवाइजर हैं प्रधानमंत्री के। मेरे को कई एडिटर्स दिखा रहे थे, बड़े बड़े चैनलों के, हमारे देश के बड़े बड़े चैनलों के मालिक, उनके एडिटर्स, उनको क्या गंदी गंदी गालियां लिख के भेजते हैं वो। केजरीवाल को दिखाया तो ये कर देंगे, केजरीवाल को दिखाया तो वो कर देंगे, आम आदमी पार्टी को दिखाने की जरूरत नहीं है, आप अपने चैनल का दुरुपयोग कर रहे हो, हम तुम्हारा ये कर देंगे, वो कर देंगे, फलाना कर, क्या धमकियां दे रहे हैं वो। ऐसे देश चलाएंगे? ऐसे धमकियां देंगे? फिर फोन करके धमकियां देते हैं। मैं आज यहां से हीरेन जोशी जी को एक ही चीज कहना चाहता हूं, अगर किसी ने आपके स्क्रीनशॉट जो आप इनको मैसेज भेज रहे हो इन्होंने सोशल मीडिया में डाल दिए, आप भी और प्रधानमंत्री जी शक्ल दिखाने लायक नहीं बचोगे इस देश के अंदर।